ਪੰਸਾਰੀ ਦੀ ਦੁਕਾਨ ਤੋਂ ਹਜ਼ਾਰਾਂ ਰੁਪਈਆਂ ਦੇ ਵਿੱਚ, ਹਜ਼ਾਰਾਂ ਰੁਪਈਏ ਕਿਲੋ ਦੇ ਹਿਸਾਬ ਨਾਲ ਮਿਲਣ ਵਾਲੀਆਂ ਚੀਜ਼ਾਂ ਨੇ, ਜਿਹਦੇ ਵਿੱਚ ਅਸ਼ਵਗੰਧਾ ਹੋ ਗਿਆ ਜੀ, ਅਤੇ ਆਪਣਾ ਸਤਾਵਰ ਹੋ ਗਿਆ, ਚਿੱਟੀ ਮੂਸਲੀ ਹੋ ਗਈ, ਇਸ ਤੋਂ ਇਲਾਵਾ ਹੋਰ ਗੁੜਮਾਰ ਬੂਟੀ ਵਗੈਰਾ, ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਤੁਸੀਂ ਪੰਸਾਰੀ ਦੁਕਾਨ ਤੋਂ ਮਹਿੰਗੇ ਮੁੱਲ 'ਚ ਖਰੀਦਦੇ ਹੋ, ਉਹ ਤੁਸੀਂ ਆਸਾਨੀ ਨਾਲ ਆਪਦੇ ਖੇਤ 'ਚ ਉਗਾ ਸਕਦੇ ਹੋਗੇ। ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਗੱਲ ਬਾਰੇ ਚਰਚਾ ਕਰਾਂਗੇ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਇੱਥੇ ਉਗਾ ਸਕਦੇ ਹੋ ਪੰਜਾਬ ਦੇ ਵਿੱਚ, ਕੀ ਉਹਨਾਂ ਦਾ ਲਾਉਣ ਦਾ ਸਮਾਂ ਰਹੂਗਾ, ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਦੇਖਭਾਲ ਕਰਨੀ ਹੈ, ਕੀ ਪਾਣੀ ਦੇਣਾ, ਕੀ ਖਾਦਾਂ ਵਗੈਰਾ ਦੇਣੀਆਂ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜਾ ਇਹਦੇ ਵਿੱਚ ਚਰਚਾ ਕਰਾਂਗੇ। ਇਹਨਾਂ ਜਿਹੜੀਆਂ ਮੈਡੀਸਨਲ ਬੂਟੇ ਲੈ ਕਹਿ ਲਈਏ ਜਾਂ ਦਵਾਈਆਂ ਵਾਲੇ ਬੂਟੇ ਕਹਿ ਲਈਏ, ਇਹਨਾਂ ਦੇ ਵਿੱਚੋਂ ਕਾਫੀ ਦੇ ਉੱਪਰ ਆਪਣੇ ਕੋਲ ਟ੍ਰਾਇਲ ਚੱਲ ਰਹੇ ਨੇਗੇ, ਕਾਫੀ ਸਾਰੇ ਬੂਟੇ ਆਪਾਂ ਇਹ ਤੋਂ ਪਹਿਲਾਂ ਲਾ ਚੁੱਕੇ ਹਾਂ, ਕੁਛ ਦੇ ਉੱਪਰ ਆਪਣੀ ਜਿਹੜੀ ਹਜੇ ਪੜਤਾਲ ਚੱਲ ਰਹੀ ਹੈ, ਅਤੇ ਜਿਵੇਂ ਹੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਆਪਾਂ ਲਾਉਣੇ ਆ ਇਹਨਾਂ ਨੂੰ, ਅਤੇ ਉਹਦੇ ਸੰਬੰਧੀ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਜੀ, ਵੀਡੀਓ ਦੇ ਵਿੱਚ ਆਪਾਂ ਜਿਹੜਾ ਜਿੰਨੀਆਂ ਵੀ ਜੜੀ ਬੂਟੀਆਂ ਲਾ ਸਕਦੇ ਹਾਂ ਉਹਨਾਂ ਬਾਰੇ ਵੀ ਜਾਣਕਾਰੀ ਦੇਵਾਂਗੇ, ਅਤੇ ਉਹਨਾਂ ਦਾ ਜਿਹੜਾ ਲਾਉਣ ਦਾ ਸਮਾਂ ਵਗੈਰਾ ਅਤੇ ਹੋਰ ਦੇਖਭਾਲ ਵਗੈਰਾ ਬਾਰੇ ਆਪਾਂ ਗੱਲ ਕਰਾਂਗੇ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਵੀਰ ਜਿਹੜੇ ਕੁਦਰਤੀ ਖੇਤੀ ਕਰਦੇ ਨੇ, ਜਾਂ ਫਿਰ ਉਹ ਘਰ ਦੇ ਵਿੱਚ ਕਿਚਨ ਗਾਰਡਨਿੰਗ ਹੋਵੇ, ਜਾਂ ਫਿਰ ਰੂਫਟੌਪ ਗਾਰਡਨਿੰਗ ਹੋਵੇ, ਜਾਂ ਨੋਰਮਲ ਖੇਤੀ ਵਾਲੇ ਆਪਣੀ ਮੋਟਰ ਵਗੈਰਾ ਦੇ ਕੋਲ ਆਪਦੀ ਘਰ ਦੀ ਵਰਤੋਂ ਯੋਗੀਆਂ ਇਹ ਚੀਜ਼ਾਂ ਲਾ ਲੈਣ, ਅਤੇ ਉਹ ਬਾਕੀ ਜਿਹੜਾ ਆਪਦੇ ਖਾਣੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਡ ਕਰਕੇ ਕਾਫੀ ਸਾਰੇ ਰੋਗਾਂ ਤੋਂ ਬਚਾਅ ਕਰ ਸਕਦੇ ਨੇ, ਆਪਦੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਨੇਗੇ। ਹੁਣ ਆਪਾਂ ਗੱਲ ਕਰ ਲਈਏ ਕਿ ਕਿਹੜੀ ਕਿਹੜੀਆਂ ਜੜੀ ਬੂਟੀਆਂ ਆਪਾਂ ਪੰਜਾਬ ਦੇ ਵਿੱਚ ਲਾ ਸਕਦੇ ਹਾਂਗੇ। ਪੰਜਾਬ ਦੇ ਵਿੱਚ ਲਾਈਆਂ ਜਾਣ ਵਾਲੀਆਂ ਜੜੀ ਬੂਟੀਆਂ ਦੀ ਜੇ ਗਿਣਤੀ ਕਰੀਏ ਤਾਂ ਹੁਣ ਤੱਕ ਕਾਫੀ ਸਾਰੇ ਬੰਦਿਆਂ ਨੇ ਜਿਹੜੇ ਇਹਦੀ ਰਿਸਰਚ ਕੀਤੀ ਹੈਗੀ, ਉਹਨਾਂ ਦੇ ਕਹਿਣ ਮੁਤਾਬਕ ਲਗਭਗ ਆਪਾਂ 120 ਪ੍ਰਕਾਰ ਦੀਆਂ ਜੜੀ ਬੂਟੀਆਂ ਜਿਹੜੀਆਂ ਪੰਜਾਬ ਦੀ ਧਰਤੀ ਅਤੇ ਮੌਸਮ ਦੇ ਅਨੁਸਾਰ ਉਗਾ ਸਕਦੇ ਹਾਂਗੇ। ਉਹਨਾਂ ਦੇ ਵਿੱਚੋਂ ਆਪਾਂ ਕੁਛ ਕੁ ਮੁੱਖ 'ਤੇ ਕੰਮ ਕਰ ਰਹੇ ਹਾਂਗੇ, ਜਿਹਦੇ ਵਿੱਚ ਆਪਣੇ ਕੋਲ ਜਿਸ ਤਰ੍ਹਾਂ ਮਗਾਂ ਹੋ ਗਈਆਂ ਜੀ, ਸੁੰਡ ਹੋ ਗਿਆ, ਅਗਰਕਰਾ ਹੋ ਗਿਆ, ਅਸ਼ਵਗੰਧਾ ਹੋ ਗਿਆ, ਬ੍ਰਹਮੀ ਹੋ ਗਈ, ਸਤਾਵਰ ਹੋ ਗਿਆ, ਸਤਾਵਰੀ, ਸਟੀਵੀਆ, ਅਤੇ ਅਨੰਤ ਮੂਲ, ਚਿੱਟੀ ਮੂਸਲੀ, ਸਰਪਗੰਧਾ, ਅਸ਼ਵਗੰਧਾ, ਅਡੂਸਾ, ਹਾਰ ਸ਼ਿੰਗਾਰ, ਗੁੜਮਾਰ, ਅਤੇ ਇਸ ਤੋਂ ਇਲਾਵਾ ਇਨਸੂਲਿਨ ਹੋ ਗਿਆ, ਬੱਚ ਹੋ ਗਿਆ, ਅਜਵੈਣ ਪੱਤਾ, ਰੋਜ਼ਮੈਰੀ ਅਤੇ ਐਲੋਵੇਰਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਹੁਣ ਇਹਨਾਂ 'ਤੇ ਟ੍ਰਾਇਲ ਕਰ ਰਹੇ ਹਾਂਗੇ। ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਕਿ ਆਪਾਂ ਐਲੋਵੇਰਾ ਜਿਹੜਾ ਉਹਦੇ ਵਿੱਚ ਵੀ ਕਾਫੀ ਸਾਰੀਆਂ ਵਰਾਇਟੀਆਂ ਨੇਗੀਆਂ ਅੱਗੇ, ਅਤੇ ਹਲਦੀ ਹੈ, ਇਹ ਵੀ ਇੱਕ ਮੈਡੀਸਨਲ ਪਲਾਂਟ ਆ ਜੀ, ਆਪਣੀ ਸਿਹਤ ਲਈ ਕਾਫੀ ਜਿਹੜੀ ਤੰਦਰੁਸਤੀ ਲਈ ਆਪਾਂ ਨੂੰ ਜ਼ਰੂਰੀ ਹੋ ਜਾਂਦਾ ਹੈ, ਅਤੇ ਇਹਦੇ 'ਚ ਤੁਸੀਂ ਫਿਰ ਇਸ ਤੋਂ ਇਲਾਵਾ ਹਲਦੀ ਤੋਂ ਇਲਾਵਾ ਸੁੰਡ ਹੋ ਗਿਆ, ਉਹ ਵੀ ਇਸੇ ਤਰ੍ਹਾਂ ਹੀ ਲੱਗਦਾ ਗਾ, ਅਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਗੱਲ ਕਰ ਲਈਏ ਗਲੋਅ ਹੋ ਗਈ, ਗੂਗਲ ਹੋ ਗਈ, ਇਹ ਚੀਜ਼ਾਂ ਵੀ ਜਿਹੜੀਆਂ, ਤੁਲਸੀ ਹੋ ਗਈ, ਅੰਬ, ਹਲਦੀ, ਇਹ ਸਾਰੀਆਂ ਚੀਜ਼ਾਂ ਮੈਡੀਸਨਲ ਪਲਾਂਟਸ ਦੇ ਵਿੱਚ ਹੀ ਆਉਂਦੀਆਂ ਨੇ। ਮਲੱਠੀ ਵਗੈਰਾ, ਕੜੀ ਪੱਤਾ, ਕਰੌਂਦਾ, ਇਹ ਸਾਰੀਆਂ ਜਿਹੜੀਆਂ ਦਵਾਈਆਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੇ। ਇਹਦੇ ਵਿੱਚ ਜੇ ਲੜੀ ਦੇ ਵਿੱਚ ਹੋਰ ਜੋੜ ਲਈਏ ਤਾਂ ਪੁਦੀਨਾ ਵੀ ਜਿਹੜਾ ਇੱਕ ਦਵਾਈਆਂ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਹੈਗੀ। ਹੁਣ ਆਪਾਂ ਇਹਨਾਂ ਨੂੰ ਲਾਉਣ ਦੀ ਗੱਲ ਕਰ ਲਈਏ ਜੀ, ਉਮੀਦ ਕਰਦਾ ਕਿ ਜਿਹੜਾ ਤੁਹਾਨੂੰ ਜਿਹੜੇ ਵੀ ਆਪਾਂ ਜਿੰਨੇ ਬੂਟਿਆਂ ਦੇ ਨਾਂ ਲੈਤੇ ਆ ਤੁਹਾਨੂੰ ਜਿਹੜਾ ਇਹਨਾਂ ਬਾਰੇ ਜਾਣਕਾਰੀ ਹੋਊਗੀ। ਜੇਕਰ ਨਹੀਂ ਜਾਣਕਾਰੀ ਤਾਂ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਜੀ, ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਇਕੱਲੇ ਇਕੱਲੇ ਬੂਟੇ ਬਾਰੇ ਜਾਣਕਾਰੀ ਲੈ ਕੇ ਆਵਾਂਗੇ, ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਵਰਤਣਾ ਗਾ, ਕਿਹੜਾ ਇਹਨਾਂ ਦਾ ਭਾਗ ਵਰਤਿਆ ਜਾਂਦਾ ਗਾ, ਕਿਸ ਤਰ੍ਹਾਂ ਉਹਨੂੰ ਆਪਾਂ ਵਰਤੋਂ ਦੇ ਵਿੱਚ ਲੈ ਕੇ ਆਉਣਾ, ਇਹ ਚੀਜ਼ਾਂ ਬਾਰੇ ਆਪਾਂ ਵਿਸਤਾਰ ਦੇ ਵਿੱਚ ਜਿਹੜੀ ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਲਾਉਣ ਵੇਲੇ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਅਤੇ ਲਾਉਣਾ ਕਦੋਂ ਆ, ਫਰਵਰੀ ਮਾਰਚ ਵੀ ਇਹਦੇ ਲਈ ਢੁੱਕਵਾਂ ਸਮਾਂ ਹੁੰਦਾ ਜੀ, ਉਸ ਤੋਂ ਇਲਾਵਾ ਜਿਹੜਾ ਤੁਸੀਂ ਜੁਲਾਈ ਅਗਸਤ ਦੇ ਵਿੱਚ ਇਹ ਬੂਟੇ ਲਾ ਸਕਦੇ ਹੋ, ਜਿਹੜਾ ਕਿ ਹੁਣ ਮਹੀਨਾ ਚੱਲ ਰਿਹਾ, ਇਹਦੇ ਅੱਧ ਤੋਂ ਬਾਅਦ ਤੁਸੀਂ ਇਹ ਬੂਟੇ ਲਾਉਣੇ ਸ਼ੁਰੂ ਕਰ ਦੇਣੇ ਹੈਗੇ। ਇਹਦੇ ਵਿੱਚ ਤੁਸੀਂ ਲਾਉਣ ਤੋਂ ਪਹਿਲਾਂ ਗੰਡੋਇਆਂ ਦੀ ਖਾਦ ਜਾਂ ਗਲੀ ਸੜੀ ਰੂੜੀ ਲੈ ਲੈਣੀ ਹੈਗੀ, ਇੱਕ ਬੈੱਡ ਬਣਾ ਲੈਣਾ ਗਾ, ਉੱਚੇ ਬੈੱਡ ਦੇ ਉੱਪਰ ਆਪਾਂ ਇਹ ਲਾਉਣੇ ਆ, ਤਾਂ ਜੋ ਪਾਣੀ ਵਗੈਰਾ ਦੇ ਨਾਲ ਇਹਨਾਂ ਦਾ ਨੁਕਸਾਨ ਨਾ ਹੋਵੇ।
ਲਗਭਗ ਜਿਹੜਾ 6 ਤੋਂ 8 ਇੰਚ ਉੱਚਾ ਬੈੱਡ ਹੋਵੇ ਜੀ, 2 ਤੋਂ 2.5 ਫੁੱਟ ਚੌੜਾ ਹੋਵੇ, ਉਹਦੇ ਵਿੱਚ ਬੂਟੇ ਦੇ ਸਾਈਜ਼ ਦੇ ਮੁਤਾਬਕ ਤੁਸੀਂ ਇਹਨੇ ਲੈਣਾ ਲਾ ਸਕਦੇ ਹੋਗੇ। ਜਿਸ ਤਰ੍ਹਾਂ ਰੋਜ਼ਮੈਰੀ ਆ ਉਹ ਥੋੜ੍ਹਾ ਛੋਟਾ ਰਹਿੰਦਾ ਗਾ, ਅਜਵਾਇਣ ਪੱਤਾ ਕਾਫੀ ਵੱਡਾ ਹੋ ਜਾਂਦਾ, ਉਸ ਹਿਸਾਬ ਨਾਲ ਜਿਹੜੇ ਛੋਟੇ ਰਹਿਣ ਵਾਲੇ ਉਹਨਾਂ ਦੀਆਂ 2 ਲੈਣਾ, ਵੱਡੇ ਰਹਿਣ ਵਾਲੇ ਬੂਟਿਆਂ ਦੀ 1-1 ਲੈਣਾ, ਅਤੇ ਐਲੋ ਵਗੈਰਾ 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 ਜਿਹੜੇ ਆ ਗਏ ਉਹ ਅੱਡ ਲਾਉਣੇ ਆਪਾਂ, ਅਤੇ ਕਰੌਂਦਾ ਹੋ ਗਿਆ ਉਹ ਆਪਾਂ ਅਲੱਗ ਜ਼ਿਆਦਾ ਜਗ੍ਹਾ ਦੇ ਵਿੱਚ ਲਾਉਣਾ, ਮਹਿੰਦੀ ਹੋਊਗੀ ਅਤੇ ਨਿਰਗੁੰਡੀ ਹੋਊਗੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਵੱਡੇ ਹੋਣ ਵਾਲੇ ਪਲਾਂਟ ਟਾਈਪ ਆ ਗਈਆਂ, ਇਹਨਾਂ ਨੂੰ ਆਪਾਂ ਥੋੜ੍ਹੇ ਜਿਹੀ ਵੱਡੇ ਏਰੀਏ ਦੇ ਵਿੱਚ ਲਾਉਣਾ। ਗੁੜਮਾਰ ਵੀ ਉਸੇ ਤਰ੍ਹਾਂ ਹੀ ਇੱਕ ਝਾੜੀ ਨੁਮਾ ਪਲਾਂਟ ਆ, ਅੜੂਸਾ ਵੀ ਕਾਫੀ ਵੱਡਾ ਹੋ ਜਾਂਦਾ ਗਾ, ਇਨਸੂਲਿਨ ਛੋਟਾ ਰਹਿੰਦਾ ਗਾ, ਅਤੇ ਗਲੋ ਆ ਜਿਹੜੀ ਉਹਨੂੰ ਜਿਹੜੀ ਸਹਾਇਤਾ ਦੀ ਲੋੜ ਆ, ਮਗਾਂ ਦੀ ਵੀ ਇੱਕ ਬੇਲ ਹੁੰਦੀ ਹੈਗੀ ਅਤੇ ਅਨੰਤ ਮੂਲ ਦੀ ਵੀ ਇੱਕ ਬੇਲ ਹੁੰਦੀ ਹੈਗੀ, ਗਲੋ ਤੁਹਾਨੂੰ ਪਤਾ ਉਹ ਵੀ ਬੇਲ ਹੁੰਦੀ ਹੈਗੀ। ਇਹ ਸਾਰੀਆਂ ਚੀਜ਼ਾਂ ਲਈ ਆਪਾਂ ਨੂੰ ਜਿਹੜਾ ਉਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਹੈਗੇ। ਅਤੇ ਜੁਲਾਈ ਅਗਸਤ ਇਹਨਾਂ ਦਾ ਲਾਉਣ ਦਾ ਸਮਾਂ, ਜਾਂ ਫਰਵਰੀ ਮਾਰਚ, ਅਤੇ ਲਾਉਣ ਤੋਂ ਬਾਅਦ ਬੈੱਡਾਂ ਦੇ ਵਿੱਚ ਖਾਈਆਂ ਦੇ ਵਿੱਚ ਤੁਸੀਂ ਪਰਾਲੀ ਪਾ ਦੇਣੀ ਹੈਗੀ। ਪਰਾਲੀ ਪਾਉਣ ਦੇ ਨਾਲ ਆਪਾਂ ਨੂੰ ਫਾਇਦਾ ਕੀ ਹੋਣਾ ਗਾ, ਇੱਕ ਤਾਂ ਨਦੀਨ ਘੱਟ ਹੋਣਗੇ, ਇੱਕ ਜਦੋਂ ਥੋੜ੍ਹੀਆਂ ਧੁੱਪਾਂ ਲੱਗਦੀਆਂ ਨੇ ਤਾਂ ਜਿਹੜਾ ਮਿੱਟੀ ਦਾ ਤਾਪਮਾਨ ਨਹੀਂ ਵੱਧਦਾ, ਉਹਦੇ ਨਾਲ ਜਿਹੜਾ ਬੂਟਾ ਮਰਨ ਦੇ ਚਾਂਸ ਵੀ ਘੱਟ ਜਾਂਦੇ ਨੇਗੇ। ਇਸੇ ਤਰ੍ਹਾਂ ਹੀ ਆਪਾਂ ਜਿਹੜਾ ਇਹਨੂੰ ਜਿਹੜੀ ਗੱਲ ਕਰ ਲਈ ਹੈ ਕਿ ਸਰਦੀਆਂ ਦੇ ਵਿੱਚ ਥੋੜ੍ਹੀ ਬਹੁਤੀ ਮਿੱਟੀ ਆਪਾਂ ਉਹਨਾਂ ਦੇ ਉੱਤੇ ਚੜ੍ਹਾ ਦੇਣੀ ਹੈਗੀ, ਅਤੇ ਕਿਸੇ ਵੱਡੇ ਦਰੱਖਤਾਂ ਦੀ ਓਟ ਦੇ ਵਿੱਚ ਇਹਨਾਂ ਨੂੰ ਲਾਈਏ ਆਪਾਂ, ਤਾਂ ਜੋ ਜ਼ਿਆਦਾ ਗਰਮੀ ਜਾਂ ਸਰਦੀ ਇਹਨਾਂ 'ਤੇ ਅਸਰ ਨਾ ਕਰੇ। ਅਤੇ ਜਿਹੜਾ ਕੁਛ ਬੂਟਿਆਂ ਦੇ ਕਿਹੜੇ ਕਿਹੜੇ ਹਿੱਸੇ ਵਰਤੇ ਜਾਂਦੇ, ਉਹਦੇ 'ਚ ਕੁਛ ਦੀਆਂ ਜੜ੍ਹਾਂ ਵਰਤੀਆਂ ਜਾਂਦੀਆਂ ਨੇਗੀਆਂ, ਜਿਸ ਤਰ੍ਹਾਂ ਅਸ਼ਵਗੰਧਾ ਗਾ ਇਹਦੀ ਜੜ੍ਹ ਵਰਤੀ ਜਾਂਦੀ ਹੈ ਜੀ, ਅਤੇ ਇਹਦੇ ਪੱਤੇ ਵੀ ਵਰਤੇ ਜਾਂਦੇ ਹੈਗੇ ਪਰ ਇਹਦੀਆਂ ਟਾਹਣੀਆਂ ਨਹੀਂ ਵਰਤੀਆਂ ਜਾਂਦੀਆਂ, ਕੁਛ ਦੀਆਂ ਪੱਤੇ ਅਤੇ ਫੁੱਲ ਵਰਤੇ ਜਾਂਦੇ, ਉਹਨਾਂ ਦੀਆਂ ਜੜ੍ਹਾਂ ਨਹੀਂ ਵਰਤੀਆਂ ਜਾਂਦੀਆਂ, ਕੁਛ ਦੀ ਜਿਹੜੀ ਛਿੱਲ ਵੀ ਕੰਮ ਆਉਂਦੀ ਹੈਗੀ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵੱਖੋ ਵੱਖਰੇ ਬੂਟਿਆਂ ਦੇ ਉੱਪਰ ਆਪਾਂ ਵੀਡੀਓ ਲੈ ਕੇ ਆਵਾਂਗੇ, ਕਿਉਂਕਿ ਵੀਡੀਓ ਕਾਫੀ ਲੰਬੀ ਚਲੀ ਜਾਣੀ ਹੈ, ਇਸ ਲਈ ਆਪਾਂ ਜਿਹੜਾ ਇਹਦੇ ਵਿੱਚ ਸਿਰਫ ਲਾਉਣ ਬਾਰੇ ਗੱਲ ਕੀਤੀ ਸੀ, ਸਾਂਭ ਸੰਭਾਲ ਬਾਰੇ ਗੱਲ ਕੀਤੀ ਸੀ, ਕਿਸੇ ਵੱਡੇ ਬੂਟੇ ਦੀ ਓਟ ਦੇ ਵਿੱਚ ਆਪਾਂ ਇਹਨਾਂ ਨੂੰ ਲਾਉਣਾ ਗਾ, ਤਾਂ ਜੋ ਜ਼ਿਆਦਾ ਸਰਦੀ ਜਾਂ ਗਰਮੀ ਇਹਨਾਂ ਨੂੰ ਨਾ ਮਾਰੇ ਜੀ। ਅਤੇ ਬਾਕੀ ਪਾਣੀ ਜੀ ਦੀ ਗੱਲ ਕਰ ਲਈਏ, ਉਹ ਸਰਦੀਆਂ ਦੇ ਵਿੱਚ ਜਿਹੜਾ 15 ਤੋਂ 20 ਦਿਨਾਂ ਦੇ ਵਖਵੇ ਦੇ ਨਾਲ, ਅਤੇ ਗਰਮੀਆਂ ਦੇ ਵਿੱਚ 8 ਤੋਂ 10 ਦਿਨਾਂ ਦੇ ਵਖਵੇ ਦੇ ਨਾਲ ਆਪਾਂ ਇਹਨਾਂ ਨੂੰ ਪਾਣੀ ਦੇਣਾ ਗਾ, ਸਮੇਂ ਤੋਂ ਸਮੇਂ ਨਦੀਨ ਕੱਢਦੇ ਰਹਿਣਾ ਗਾ। ਕੁਛ ਕੁ ਬੂਟੇ ਪੱਕੇ ਤੌਰ 'ਤੇ ਰਹਿਣ ਵਾਲੇ ਹੁੰਦੇ ਆ, ਕੁਛ ਕੁ ਬੂਟੇ ਸੀਜ਼ਨਲ ਹੁੰਦੇ ਆ, ਉਹਨਾਂ ਦੇ ਆਪਾਂ ਬੀਜ ਵਗੈਰਾ ਸਾਂਭ ਲੈਣੇ ਹੁੰਦੇ ਆ ਕਿ ਉਹ ਅਗਲੇ ਸੀਜ਼ਨ ਦੇ ਵਿੱਚ ਆਪਾਂ ਉਹਨਾਂ ਨੂੰ ਦੁਬਾਰਾ ਲਾ ਸਕਦੇ ਹਾਂਗੇ। ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਜਾਣਕਾਰੀ ਹੈ ਤੁਹਾਡੇ ਲਈ ਕਾਫੀ ਲਾਹੇਵੰਦ ਸਾਬਤ ਹੋਊਗੀ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ, ਸਾਡੇ ਪੇਜ ਨੂੰ ਫੋਲੋ ਅਤੇ ਲਾਈਕ ਕਰ ਲਿਓ। ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਲਾਈਕ ਕਰ ਲਿਓ ਜੀ, ਫੋਲੋ ਕਰ ਲਿਓ। ਜੇਕਰ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਬੈੱਲ ਦਾ ਆਈਕਨ ਜ਼ਰੂਰ ਦੱਬ ਲਿਓ, ਤਾਂ ਜੋ ਜਿਹੜੀਆਂ ਆਉਣ ਵਾਲੀਆਂ ਵੀਡੀਓ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ।